ਸਵਾਗਤ ਹੈ ਆਪ ਸਭ ਜੀ ਦਾ ਤੁਹਾਡੇ ਆਪਣੇ ਪੀਵੀਕੇ ਚੈਨਲ ਉੱਤੇ ਤੇ ਤੁਸੀਂ ਸੁਣ ਰਹੇ ਹੋ ਇਸ ਟਾਈਮ ਵੀਰੇਂਦਰ ਸਿੰਘ ਨੂੰ ਸੋ ਇਕੱਲੀ ਇਹਨਾਂ ਵੀਡੀਓ ਨੂੰ ਦੇਖ ਕੇ ਨਹੀਂ ਸਰਨਾ ਇਦਾਂ ਤੁਹਾਡੀ ਸਟੱਡੀ ਕੰਪਲੀਟ ਨਹੀਂ ਹੋਣੀ ਤੁਹਾਨੂੰ ਵੀਡੀਓਜ਼ ਦੇ ਨਾਲ-ਨਾਲ ਵੀਡੀਓ ਦੇਖੋ ਸੁਣੋ ਉਹਦੇ ਵਿੱਚ ਕੀ ਕੁਝ ਕਿਹਾ ਗਿਆ ਉਸ ਤੋਂ ਬਾਅਦ ਕੁਇਜ਼ ਕਰੋ ਆਪ ਟ੍ਰਾਈ ਕਰੋ ਘਰੇ ਟ੍ਰਾਈ ਕਰੋ ਵੀ ਕਿ ਹਿਸਾਬ ਕਿਤਾਬੇ ਕਿੱਥੇ ਗਲਤੀ ਹੋਣੀ ਹੈ ਕਿੱਥੇ ਨਹੀਂ ਹੋਣੀ ਜੇਕਰ ਤੁਸੀਂ ਆਪ ਆਰਗੂਮੈਂਟੀ ਕਰਕੇ ਚੈੱਕ ਕਰੋਗੇ ਤਾਂ ਤੁਹਾਨੂੰ ਤੁਹਾਡੀਆਂ ਗਲਤੀਆਂ ਜ਼ਿਆਦਾ ਪਤਾ ਲੱਗਣਗੀਆਂ ਤੇ ਮੁੜ ਕੇ ਤੁਸੀਂ ਉਸ ਗਲਤੀ ਨੂੰ ਸੁਧਾਰਨ ਦੀ ਆਪਣੀ ਪੂਰੀ ਟਰਾਈ ਕਰਨੀ ਹੈ ਤੇ ਜੇਕਰ ਤੁਸੀਂ ਕੁਇਜ਼ ਕਰਨਾ ਚਾਹੁੰਦੇ ਹੋ ਘਰੇ ਬੈਠੇ ਕਰਨਾ ਚਾਹੁੰਦੇ ਹੋ ਕੁਇਜ਼ ਤੇ ਸਾਡੀ ਐਪਲੀਕੇਸ਼ਨ ਆ ਚੁੱਕੀ ਹੈ ਜਿਹੜੀ ਕਿ ਆ ਪਤੰਤ ਤੇ ਚੀਨ ਪੰਜਾਬੀ ਤੁਸੀਂ ਐਪ ਸਟੋਰ ਤੇ ਪਲੇ ਸਟੋਰ ਦੋਨਾਂ ਤੋਂ ਇੰਸਟਾਲ ਕਰ ਸਕਦੇ ਹੋ ਦੋਨਾਂ ਤੋਂ ਇਹਨੂੰ ਡਾਊਨਲੋਡ ਕਰ ਸਕਦੇ ਹੋ ਲਿੰਕ ਮੈਂ نیچے ਡਿਸਕ੍ਰਿਪਸ਼ਨ ਵਿੱਚ ਦਿੱਤਾ ਹੋਇਆ ਸੋ ਤੁਸੀਂ ਆਪਣੀ ਆਪਣੀ ਐਪਲੀਕੇਸ਼ਨ ਉੱਥੋਂ ਡਾਊਨਲੋਡ ਕਰ ਸਕਦੇ ਹੋ ਤੇ ਇਸ ਵੀਡੀਓ ਨੂੰ ਲਾਈਕ ਤੇ ਸਾਡੇ ਇਸ ਚੈਨਲ ਨੂੰ ਸਬਸਕ੍ਰਾਈਬ ਜਿਹਨੇ ਅਜੇ ਤੱਕ ਵੀ ਨਹੀਂ ਕੀਤਾ ਉਹ ਜ਼ਰੂਰ ਕਰ ਦਿਓ ਤੇ ਜਿਨ੍ਹਾਂ ਨੇ ਕਰਤਾ ਉਹਨਾਂ ਦੀ ਬਹੁਤ-ਬਹੁਤ ਮਿਹਰਬਾਨੀ ਸੋ ਚਲੋ ਸ਼ੁਰੂ ਕਰਦੇ ਹਾਂ ਆਪਣੀ ਅੱਜ ਦੀ ਇਸ ਵੀਡੀਓ ਨੂੰ ਸੋ ਹੁਣ ਐ ਨਿਸ਼ਾਨ ਜਿਹੜਾ ਪਿੱਛੇ ਸੀ ਆਪਣਾ ਖਤਮ ਹੋ ਗਿਆ ਜਿਹੜਾ ਦਿਵਿਯੇਟੋ ਸੀ ਆ ਵਾਲਾ ਐ ਖਤਮ ਹੋ ਗਿਆ ਹੁਣ ਆਪਾਂ ਤੇ ਉਹ ਆਬਲੀਗੋ ਨਹੀਂ ਹੈਗਾ ਸੋ ਇੱਥੇ ਕਹਿੰਦਾ ਫਿਨੇ ਦਿਵਿਯੇਟੋ ਦੀ ਸਰਪਾਸੋ ਪਰ ਵੇਹੀਕੋਲੀ ਮਰਜੀ ਕੇ ਸੁਪੇਰਾਨੋ 3.5 ਟੋਨੈਲਾਤੇ ਠੀਕ ਹੈ ਜੀ ਸੋ 75 ਨੰਬਰ ਪੇਜ ਆ ਬਦਦੇ ਆ ਪਹਿਲੇ ਸਵਾਲ ਤੇ ਇਨ ਪ੍ਰੇਜ਼ੈਂਸ ਅਦਲ ਸੀਨਿਆਲੇ ਰਾ ਫਿਗੁਰਾਟੋ ਊਨ ਆਉਟੋਟ੍ਰੇਨੋ ਦੀ ਮਾਸਾ ਪਾਰੀ ਆ 44 ਟੋਨੈਲਾਤੇ ਪੋ ਸੁਪੇਰੇਰੇ ਊਨ ਆਉਟੋ ਵੇਟਟੂਰਾ ਸਾਡੇ 33 ਤੱਕ ਦੀ ਗੱਲ ਹੋਂਦੀ ਸੀ ਪਹਿਲਾਂ ਹੁਣ ਇੱਥੇ 44 ਟਨ ਆ ਗਿਆ ਹੈ ਕਹਿੰਦਾ ਤਾਂ ਵੀ ਉਹ ਓਵਰਟੇਕ ਕਰ ਸਕਦਾ ਇੱਕ ਗੱਡੀ ਨੂੰ ਹੁਣ ਆਉ ਤੋਂ ਟ੍ਰੇਨ ਉਹਦੀ ਗੱਲ ਕਰਦਾ ਪਿਆ ਤੁੰ ਦੀ ਠੀਕ ਹੈ ਜੀ ਸੋ ਇੱਥੇ ਓਵਰਟੇਕ ਕਰਨ ਦੀ ਕੋਈ ਮਨਾਹੀ ਨਹੀਂ ਹੈਗੀ ਇਹਨਾਂ ਨੂੰ ਹੁਣ ਆਉ ਤੋਂ ਕਾਰ ਰੋ ਪੋ ਸੁਪੇਰਾਰੇ ਹੁਣ ਆਟੋਬਸ ਆਉ ਤੋਂ ਕਾਰ ਰੋ ਇੱਕ ਬੱਸ ਨੂੰ ਓਵਰਟੇਕ ਕਰ ਸਕਦਾ ਠੀਕ ਹੈ ਜੀ ਸੋ ਹੈ ਵੇਰਵਾ ਫੀਨ ਦੇਲ ਦੀ ਵੀਤੋ ਦੀ ਸਰਪਾਸੋ ਪਰ ਵੇਹੀਕਲੀ ਮਰਚੀ ਦੀ ਮਾਸਾ ਆ ਪੀਨੋ ਕਾਰਿਕੋ ਸੁਪੇਰੀਓਰੀ ਆ 3.5 ਟੋਨ ਲਾਤੇ ਜਿਨ੍ਹਾਂ ਦਾ ਵਜ਼ਨ 3.5 ਟਨ ਤੋਂ ਜ਼ਿਆਦਾ ਹੈ ਉਹ ਵੀ ਓਵਰਟੇਕ ਕਰ ਸਕਦੀਆਂ ਨੇ ਫੀ ਨੇ ਹੋ ਗਿਆ ਤੇ ਖਤਮ ਹੋ ਗਿਆ ਦੀ ਵੇਤੋ ਦੀ ਸੁਰ ਪਾਸੋ ਓਵਰਟੇਕ ਦੀ ਮਨਾਹੀ ਖਤਮ ਹੋ ਗਈ ਹੈ ਗੱਡੀਆਂ ਜਿਹੜੀ ਸਮਾਨ ਨੂੰ ਟ੍ਰਾਂਸਪੋਰਟ ਕਰਦੀਆਂ ਪੈਣਾਂ ਜਿਨ੍ਹਾਂ ਦਾ ਵਜ਼ਨ 3.5 ਟਨ ਤੋਂ ਜ਼ਿਆਦਾ ਵੇਰੋ ਅਵਿਯਤਾ ਤੋਂ ਇਲ ਟ੍ਰਾਂਜ਼ਿਟੋ ਡੈਲੀ ਆਉਟੋਟ੍ਰੇਨੀ ਆਉਟੋਸ ਨੂੰ ਦਾਤੀ ਆਉਟੋ ਆਰਟੀਕੁਲਾਤੀ ਕਹਿੰਦਾ ਇਨ੍ਹਾਂ ਗੱਡੀਆਂ ਦੀ ਮਨਾਹੀਆਂ ਟ੍ਰਾਂਜ਼ਿਟੋ ਦੀ ਸਫ਼ਰ ਦੀ ਮਨਾਹੀਆਂ ਸਫ਼ਰ ਦੀ ਮਨਾਹੀ ਜਦਕਿ ਇਹ ਵਾਲਾ ਕਹਿੰਦਾ ਵੀ ਓਵਰਟੇਕ ਦੀ ਮਨਾਹੀਆਂ ਟ੍ਰਾਂਜ਼ਿਟੋ ਹੁੰਦਾ ਸਫ਼ਰ ਕਰਨਾ ਆਵਾਜਾਈ ਕਰਨਾ ਉਹਦੀ ਮਨਾਹੀਆਂ ਸੋ ਫਾਲ ਸੋ ਇਹ ਫਾਲਸ ਹੋ ਗਿਆ। ਲੇ ਆਟੋ ਵੇਟੂਰੇ ਦੇਵੋਨੋ ਸੋਰਪਾਸਾਰੇ ਲੀ ਆਟੋ ਕਾਰਰੀ ਸੁਲਾ ਕੋਰਸਿਆ ਦੀ ਡੇਸਟਰਾ। ਆਟੋ ਵੇਟੂਰਾ ਨੂੰ ਦੇਵੋਨੋ ਸੋਰਪਾਸਾਰੇ। ਉਹਨਾਂ ਨੂੰ ਓਵਰਟੇਕ ਕਰਨਾ ਚਾਹੀਦਾ ਹੈ ਕਿਨੂੰ ਆਟੋ ਕਾਰਰੀ ਨੂੰ ਟਰੱਕਾਂ ਨੂੰ ਸੁਲਾ ਕੋਰਸਿਆ ਦੀ ਡੇਸਟਰਾ ਸੱਜੇ ਪਾਸੇ ਵਾਲੇ ਕੋਰਸਿਆ ਤੇ ਓਵਰਟੇਕ ਕਰਨਾ ਚਾਹੀਦਾ। ਫਾਲਸੋ ਐਸੀ ਕੋਈ ਵੀ ਗੱਲ ਨਹੀਂ ਹੈਗੀ ਵੀ ਉਹਨਾਂ ਨੂੰ ਸੱਜੇ ਪਾਸੇੋਂ ਓਵਰਟੇਕ ਕਰਨਾ ਚਾਹੀਦਾ ਖੱਬੇ ਪਾਸੇੋਂ ਓਵਰਟੇਕ ਕਰਨਾ ਚਾਹੀਦਾ। ਸਿਰਫ ਇੱਥੇ ਫੋਟੋ ਬਣਾਈ ਹੋਈ ਹੈ ਬਿਕ ਟਰੱਕ ਤੇ ਆ ਸੱਜਾ। ਇਹਦੇ ਕਹਿੰਦਾ ਮਤਲਬ ਵੀ ਸੱਜਾ ਕੋਰਸਿਆ ਇੱ ਨੋਂ ਵਾਲੇ ਪਰਲੀ ਆਉਟੋ ਕਾਰੀ ਦੀ ਮਾਸਾ ਕੰਪਲੈਕਸਿਵਾ ਪਾਰੀ ਔਰ ਸੁਪਰੀਓਰੇ ਆ 7 ਟਨਲਾਤੇ ਨੋਂ ਵਾਲੇ ਨੇ ਵੈਲਿਡ ਹੈਗਾ ਨਹੀਂ ਲਾਗੂ ਹੁੰਦਾ ਪਰਲੀ ਆਉਟੋ ਕਾਰੀ ਟਰੱਕਾਂ ਤੇ ਜਿਨ੍ਹਾਂ ਦਾ ਵਜਨ ਬਰਾਬਰ ਹੈ ਜਾਂ ਜ਼ਿਆਦਾ ਹੈ ਸੁਪਰੀਓਰੇ ਆ 7 ਟਨ ਤੋਂ ਪਾਰੀ ਹੁੰਦਾ ਬਰਾਬਰ ਹੋਣਾ ਸੋ ਫਾਲਸੋ ਇਹ ਨਿਸ਼ਾਨ ਉਹਨਾਂ ਤੇ ਵੀ ਵੈਲਿਡ ਹੋਵਾ ਉਹਨਾਂ ਲਈ ਵੀ ਇਹ ਸਵਾਲ ਕੰਮ ਕਰਦਾ ਜਾਂ ਤਾਂ ਟਰੱਕਾਂ ਲਈ ਹੀ ਹੈ ਇਹ ਸਵਾਲ ਠੀਕ ਹੈ ਸੋ ਟਰੱਕਾਂ ਨੂੰ ਕਹਿੰਦਾ ਵੀ ਉਹਨਾਂ ਲਈ ਤੁਸੀਂ ਕਰ ਸਕਦੇ ਰਿੱਥੇ ਕਹਿੰਦਾ ਵੀ ਨਹੀਂ ਉਹਨਾਂ ਲਈ ਨਹੀਂ ਹੈਗਾ ਸੋ 75 ਨੰਬਰ ਕੰਪਲੀਟ ਆਪਣਾ ਵੱਧਦੇ ਅੱਗੇ 76 ਨੰਬਰ ਦਿਸਟਾਂਸੀ ਅਮਿੰਟੋ ਮਿਨੀਮਮ ਆਬਲੀਗਟੋਰੀਓ ਵਾਲਾ ਗੁਇਦਾ ਦੀ ਉਹ ਵਹੀਕਲ ਪੇਜ਼ਾਂਤੇ ਹੁਣ ਇੱਥੇ ਡਿਸਟੈਂਸ ਦੀ ਗੱਲ ਕਰਾਂਗੇ ਵੀ ਦੂਰੀ ਕਿੰਨੀ ਹੋਣੀ ਚਾਹੀਦੀ ਦੋ ਗੱਡੀਆਂ ਦੇ ਵਿੱਚ ਆਪਸ ਵਿੱਚ ਕਿੰਨੀ ਦੂਰੀ ਹੋਣੀ ਚਾਹੀਦੀ ਹੈ 70 ਮੀਟਰ ਲਿਖਿਆ ਹੋਇਆ ਇੱਥੇ ਸੋ 70 ਮੀਟਰ ਦੀ ਹੀ ਗੱਲ ਹੋਏਗੀ ਸੋ ਇੱਥੇ ਮਤਲਬ ਕਿ ਆਪਾਂ ਮਿਨੀਮਮ ਦੂਰੀ ਦੀ ਗੱਲ ਕਰਨੀ ਹੈ ਵੀ ਕਿੰਨੀ ਘੱਟੋ ਘੱਟ ਦੂਰੀ ਹੋਣੀ ਚਾਹੀਦੀ ਹੈ ਮਿਨੀਮਮ ਮਿਨੀਮਮ ਘੱਟ ਤੋਂ ਘੱਟ ਜਿਹਨੂੰ ਕਹਿ ਸਕਦੇ ਹਾਂ ਆਬਲੀਗਟੋਰੀਓ ਲਾਜ਼ਮੀ ਅਲੱਗ ਹੋਈ ਜਾਂਦੀ ਉਹ ਵਹੀਕਲ ਪੇਜ਼ਾਂਤੇ ਜੇਕਰ ਇੱਕ ਭਾਰੀ ਗੱਡੀ ਆਪਾਂ ਚਲਾਣਾ ਪਿਆ ਤੇ ਆਪਣੀ ਦੂਰੀ ਕਿੰਨੀ ਹੋਣੀ ਚਾਹੀਦੀ ਹੈ ਅਗਲੀ ਵਾਲੀ ਗੱਡੀ ਤੋਂ ਉਹਦੇ ਬਾਰੇ ਗੱਲ ਕਰਾਂਗੇ ਸੋ ਐਸੇ ਨੇ ਆਲੇ ਇੱਥੇ 70 ਮੀਟਰ ਲਿਖਿਆ ਹੋਇਆ ਵਧਿਆ ਪਹਿਲੇ ਸਵਾਲ ਤੇ ਇਸ ਸਿਨੈਲੇ ਰਾ ਫਿਗੁਰਾਟੋ ਪੋ ਐਸਰੇ ਪੋਸਟੋ ਸੋਲ ਤ੍ਰਾੱਟੀ ਦੀ ਸਟਰਾਦਾ ਦੋਵੇ ਐ ਡਿਫਿਕੋਲਤੋਸੋ ਇਲ ਸੋਰਪਾਸੋ ਐ ਵੀ ਐ ਪ੍ਰੇਜ਼ੈਂਸਾ ਦੀ ਮੋਲਤੀ ਵੇਈਕੋਲੀ ਪੇਜ਼ਾਂਤੀ ਕੰਦਾ ਇਹ ਵਾਲਾ ਸਿਨੈਲੇ ਲੱਗਾ ਹੋ ਸਕਦਾ ਸੂ ਤ੍ਰਾੱਟੀ ਦੀ ਸਟਰਾਦਾ ਸੜਕ ਦੇ ਉਹਨਾਂ ਹਿੱਸਿਆਂ ਤੇ ਦੋਵੇ ਜਿੱਥੇ ਐ ਡਿਫਿਕੋਲਤੋਸੋ ਮੁਸ਼ਕਲ ਹੈ ਓਵਰਟੇਕ ਕਰਨਾ ਐ ਵੀ ਐ ਪ੍ਰੇਜ਼ੈਂਸਾ ਦੀ ਮੋਲਤੀ ਵੇਈਕੋਲੀ ਪੇਜ਼ਾਂਤੀ ਤੇ ਭਾਰੀ ਗੱਡੀਆਂ ਦੀ ਬਹੁਤ ਜ਼ਿਆਦਾ ਮੌਜੂਦਗੀ ਹੈ ਉੱਥੇ ਠੀਕ ਹੈ ਜੀ ਸੋ ਕੰਦਾ ਉਸ ਹਿੱਸਿਆਂ ਤੇ ਇਹ ਵਾਲਾ ਨਿਸ਼ਾਨ ਲੱਗਾ ਹੋ ਸਕਦਾ ਠੀਕ ਹੈ ਜੀ ਸੋ ਅਵੇਰੋ ਅਗਲਾ ਪੁਆਇਸਰੇ ਪੋਸਟ ਉਸਨ ਟ੍ਰੈਟੋ ਦੀ ਸਟਰਾਡਾ ਓਵੇ ਨੋਨ ਸੀ ਵੋਲੇ ਕੇ ਟ੍ਰੋਪੀ ਵੇਕੋਲੀ ਪੇਸਾਂਤੀ ਟ੍ਰਾਂਜ਼ਿਟਿਨੋ ਕੋਂਟੇਮਪੋਰਾਨੀਮੈਂਤੇ ਸੁ ਉਨ ਓਪੇਰਾ ਡਾਰਤੇ ਅਦੈਸੈਂਪਿਓ ਸੁ ਉਨ ਬਿਆਡੋਟੋ ਸੋ ਕੈਂਦਾ ਪਿਆ ਪੁਆਇਸਰੇ ਪੋਸਟ ਓਥੇ ਵੀ ਸਿਰਫ ਲਗਾਏ ਵਾਰੇ ਦੱਸਦਾ ਪਿਆ ਵੀ ਇਹ ਨਿਸ਼ਾਨ ਕਿੱਥੇ ਲੱਗਾ ਹੋਏਗਾ ਉੱਤੇ ਵੀ ਦੱਸਦਾ ਪਿਆ ਸੀ ਕਿ ਜਿੱਥੇ ਓਵਰਟੇਕ ਕਰਨ ਔਕਾ ਹੋਵੇ ਤੇ ਜਾਂ ਜਿੱਥੇ ਬਹੁਤ ਜ਼ਿਆਦਾ ਗੱਡੀਆਂ ਭਰੀਆਂ ਹੋਣ ਉੱਥੇ ਨਿਸ਼ਾਨ ਲੱਗਾ ਹੁੰਦਾ ਸੋ ਇੱਥੇ ਆਪਾਂ ਦੱਸਦਾ ਬੈਕ ਐਕਸ ਸੜਕ ਦਾ ਹਿੱਸਾ ਜਿੱਥੇ ਨੋਨ ਸੀਵੋ ਵਾਲੇ ਕਿਥਰੋਪੀ ਵੇਕੁਲੀ ਪੀ ਜਾਣਦੀ ਤਰਾਂਤੀ ਦਿਨੋਂ ਕੋਂਟੈਂਪੋਰਾਨੀਮੈਂਟੇ ਵੀ ਕਿ ਐਸੀ ਜਗ੍ਹਾ ਜਿੱਥੇ ਤੁਸੀਂ ਨਹੀਂ ਚਾਹੋਗੇ ਕਿ ਬਹੁਤ ਜ਼ਿਆਦਾ ਭਾਰੀ ਗੱਡੀਆਂ ਹੋਣ ਤੇ ਇਕੱਠਿਆਂ ਸਫ਼ਰ ਕਰਦੀਆਂ ਹੋਣ ਠੀਕ ਹੈ ਸੂਨ ਉਹ ਪੈਰਾਧਾਰ ਤੇ ਅਦਾਜ਼ੀਮਪੀਓ ਸੂਨ ਵਿਆਦੋਟੋ ਵਿਆਦੋਟੋ ਇੱਕ ਤਰ੍ਹਾਂ ਦਾ ਫਲਾਈਓਵਰ ਆ ਪਕੈ ਸਕਦਾ ਹੈ ਕਹਿੰਦਾ ਫਲਾਈਓਵਰ ਤੇ ਕਹਿੰਦਾ ਇਹ ਤੁਹਾਨੂੰ ਮਿਲ ਸਕਦਾ ਇਹ ਵਾਲਾ ਨਿਸ਼ਾਨ ਕਿਉਂਕਿ ਇਹ ਵਾਲਾ ਨਿਸ਼ਾਨ ਆਪਾਂ ਨੂੰ ਕਹਿੰਦਾ ਵੀ ਦੂਰੀ ਬਣਾ ਕੇ ਰੱਖਣੀ ਆ ਸੋ ਇੱਥੇ ਕਹਿੰਦਾ ਮਤਲਬ ਕੀ ਹੈ ਇਹਦਾ ਕ ਫਲਾਈਓਵਰ ਤੇ ਕਹਿੰਦਾ ਵੀ ਜਿੱਥੇ ਇਹ ਚਾਇਆ ਗਿਆ ਹੋਵੇ ਵੀ ਉੱਥੇ ਭਾਰੀ ਗੱਡੀਆਂ ਇਕੱਠੀਆਂ ਸਫ਼ਰ ਨਾ ਕਰਨ ਉੱਥੇ ਇਹ ਬਲ ਨਿਸ਼ਾਨ ਮੌਜੂਦ ਹੋ ਸਕਦਾ ਠੀਕ ਹੈ ਜੀ ਤਾਂ ਜੋ ਉਹਨਾਂ ਦੀ ਦੂਰੀ ਬਣਾਈ ਜਾ ਸਕੇ ਤੇ ਗੱਡੀਆਂ ਥੋੜੀ ਅਲੱਗ-ਅਲੱਗ ਹੋ ਕੇ ਚੱਲਣ ਠੀਕ ਹੈ ਸੋ ਐਵੇਰੋ ਐਉਨ ਓਬਲਿਗੋ ਪਰ ਲੇ ਓਟੋਵੈੱਟੂਰੇ ਐ ਨੌਨ ਪਰ ਲੀ ਓਟੋਬਸ ਓ ਪਰ ਲੀ ਵੇਈਕੋਲੀ ਦੀ ਮਾਸਸਾ ਕੰਪਲੇਸਿਵਾ ਪੀਓਨੋ ਕਾਰੀਕੋ ਓਲਟਰੇ 3.5 ਟੋਨੈਲਾਤੇ ਕਹਿੰਦਾ ਇਹ ਕੋਬਲਿਗੋ ਵਾਇਕ ਲਾਜ਼ਮੀ ਲਾਜ਼ਮੀ ਗੱਲ ਹੈ ਇੱਕ ਜ਼ਰੂਰੀ ਗੱਲ ਆ ਗੱਡੀਆਂ ਲਈ ਓਟੋਵੈੱਟੂ ਨੋਨ ਪੈਰਲੀ ਓਟੋਬਸ ਤੇ ਬਸਾਂ ਲਈ ਨਹੀਂ ਹੈਗਾ ਉਹ ਪੈਰਲੀ ਵੇਹਿਕੋਲੀ ਦੀ ਮਾਸਸਾ ਕੰਪਲੇਸਿਵਾ ਪੀਆਨੋ ਕਾਰੀ ਕੋਲਤਰੇ 3.5 ਟੋਨੈਲਾਤੇ ਤੇ ਉਹਨਾਂ ਗੱਡੀਆਂ ਲਈ ਜਿਨ੍ਹਾਂ ਦਾ ਵਜ਼ਨ ਕੁੱਲ ਮਿਲਾ ਕੇ ਸਾਢੇ 3 ਟਨ ਤੋਂ ਜ਼ਿਆਦਾ ਕਹਿੰਦਾ ਇੱਕ ਓਬਲੀਗੋਵਾ ਉਹ ਤਾਂ ਵੀ ਤੁਰੇ ਲਈ ਪਰ ਹੋਰ ਬਸਾਂ ਜਾਂ ਕੋਈ ਜਿਹੜੀ ਗੱਡੀਆਂ ਨੇ ਜਿਹਨਾਂ ਦਾ ਵਜ਼ਨ ਸਾਢੇ 3 ਟਨ ਤੋਂ ਜ਼ਿਆਦਾ ਉਹਨਾਂ ਲਈ ਨਹੀਂ ਹੈਗਾ ਆਲਸੋ ਇਹ ਨਿਸ਼ਾਨ ਸਾਰਿਆਂ ਲਈ ਹੈ ਇਹਨਾਂ ਗੱਡੀਆਂ ਸਾਰਿਆਂ ਲਈ ਹੈ ਕੋਈ ਇਥੇ ਵਜ਼ਨ ਵਾਲੀ ਗੱਲ ਨਹੀਂ ਹੈਗੀ ਫਿਸਾ ਉਨ ਲਿਮਿਟੇ ਮੈਸਿਮੋ ਦੀ ਨੂਮੇਰੋ ਦੀ ਵੇਹਿਕੋਲੀ ਕਿ ਪਾਸ ਲੋ ਟ੍ਰਾਂਜ਼ਿਟ ਆਰੇ ਸੂ ਉਨ ਓਪੇਰਾ ਦੀ ਆਰਤੇ ਐਜੈਂਪਲ ਫੇਰ ਹੋਈ ਤੇ ਵਿਆ ਡੋਟੋ ਸੋ ਕੰਦਾ ਵੀ ਫਿਕਸ ਕਰਦਾ ਇੱਕ ਮੈਕਸਿਮਮ ਲਿਮਿਟ ਨੂੰ ਕਾਦੀ ਨੁਮੇਰੋ ਦੇ ਵੀ ਕੋਲੀ ਵੀ ਗੱਡੀਆਂ ਦੇ ਨੰਬਰ ਮਤਲਬ ਕਿੰਨੀ ਗੱਡੀਆਂ ਇੱਕ ਟਾਈਮ ਤੇ ਜਾਣਗੀਆਂ ਕਿ ਪਾਸ ਨੂੰ ਟ੍ਰਾਂਜ਼ਿਟ ਆਰੇ ਜਿਹੜੀਆਂ ਜਾ ਸਕਦੀਆਂ ਨੇ ਸੂ ਉਨ ਵਿਆ ਡੋਟੋ ਵਿਆ ਡੋਟੋ ਪਰ ਲਗਾ ਸਕਦੇ ਆ ਵੀ ਵਿਆ ਡੋਟੋ ਤੇ ਕਿੰਨੀ ਗੱਡੀਆਂ ਇਕੱਠੀਆਂ ਜਾ ਸਕਦੀਆਂ ਨੇ ਵੀ ਕਿੰਨੀਆਂ ਗੱਡੀਆਂ ਇੱਕ ਨੰਬਰ ਇੱਕ ਨੰਬਰ ਇੱਕ ਫਿਕਸ ਕਰਦਾ ਵੀ ਕਿੰਨੀਆਂ ਗੱਡੀਆਂ ਜਾ ਸਕਦੀਆਂ ਇੱਥੇ ਸੋ ਫਾਲਸੋ ਐਸ ਵੀ ਕੋਈ ਨੰਬਰ ਫਿਕਸ ਨਹੀਂ ਕਰਦਾ ਸਿਰਫ ਇਹ ਦੂਰੀ ਨੂੰ ਇੰਡੀਕੇਟ ਕਰਦਾ ਵੀ ਇਨੀ ਦੂਰੀ ਹੋਣੀ ਚਾਹੀਦੀ ਆ 76 ਕੰਪਲੀਟ ਬੱਧੇ ਅੱਗੇ 78 ਨੰਬਰ ਪੇਜ ਆ ਜੀ 77 ਨੰਬਰ ਪੇਜ ਫੇਰ ਨਹੀਂ ਹੈਗਾ ਮਤਲਬ ਇਹਨੂੰ ਇਮਤਹਾਣੇ ਵਿੱਚੋਂ ਕੱਢ ਦਿੱਤਾ ਗਿਆ ਤੇ ਇਹ ਵਾਲਾ ਹੁਣ ਆਪਣਾ ਨਿਸ਼ਾਨ ਹੈ ਜਿਹੜਾ ਕਹਿੰਦਾ ਦਿਵਯਾ ਤੋਂ ਦਿੱਤਾਂ ਦੀ ਤੋਂ ਆਈ ਬੀ ਕੋਲੀ ਮਿਰਚੀ ਕਿਤ ਸੁਪੇਰਾਨੋ 3.5 ਟਨੈਲਟ ਸੋ ਜੀ ਐਸ ਸਿਗਨਲ ਦਾ ਕੀ ਮਤਲਬ ਹੈ ਦਾ ਮਤਲਬ ਹੈ ਕਿ ਮਨਾਹੀ ਆ ਸਫਰ ਦੀ ਗੱਡੀਆਂ ਜਿਨ੍ਹਾਂ ਦਾ ਵਜ਼ਨ ਸਾਢੇ 3 ਟਨ ਤੋਂ ਜ਼ਿਆਦਾ ਉਹਨਾਂ ਦੇ ਸਫਰ ਤੇ ਮਨਾਹੀ ਆ ਠੀਕ ਹੈ ਇਹਦੇ ਬਾਰੇ ਆਪਾਂ ਪੜ੍ਹਾਂਗੇ ਇੱਕ ਬਹੁ ਸੋ ਚਲੋ ਜੀ ਵਦਦੇ ਆਂ ਪਹਿਲੇ ਸਵਾਲ ਤੇ ਇਲਸੀ ਨਾਲੇ ਰਫਿਗੁਰਾ ਤੋਂ ਵੀ ਇਹਤਾ ਇਲ ਟਰਾਂਜ਼ੀਟੋ ਐ ਵਿਕੋਲੀ ਅ ਡਿਬੀਟੀ ਐਲ ਟਰਾਂਸਪੋਰਟੋ ਦੀ ਕੋਸੀ ਕੋਨ ਮਾਸਾ ਆ ਪੀਨੋ ਕਾਰੀਕੋ ਸੁਪੇਰੀਓਰੇ ਆ 3.5 ਟੋਨੈਲਾਤੇ ਕਹਿੰਦਾ ਮਨਾਹੀ ਆ ਸਫਰ ਦੀ ਵੀ ਇਹਤਾ ਇਲ ਟਰਾਂਜ਼ੀਟੋ ਮਨਾਹੀ ਆ ਸਫਰ ਦੀ ਗੱਡੀਆਂ ਦੀ ਜਿਹੜੀਆਂ ਬਣਾਈਆਂ ਗਿਆ ਨੇ ਟਰਾਂਸਪੋਰਟ ਕਰਨ ਨੂੰ ਸਮਾਨ ਸਮਾਨ ਟਰਾਂਸਪੋਰਟ ਕਰਨ ਨੂੰ ਜਿਹੜੀਆਂ ਬਣਾਈਆਂ ਗਿਆ ਨੇ ਕੋਨ ਮਾਸਾ ਜਿਨ੍ਹਾਂ ਦਾ ਵਜ਼ਨ ਪੀਨੋ ਕਾਰੀਕੋ ਫੁੱਲ ਹੋਉਂਦੇ ਜਿਆਦਾ ਹੈ 3.5 ਟਨ ਤੋਂ ਠੀਕ ਹੈ ਉਹਨਾਂ ਦੇ ਸਫਰ ਤੇ ਮਨਾਹੀ ਆ ਇਸ ਜਗ੍ਹਾ ਤੇ ਜਿੱਥੇ ਨਿਸ਼ਾਨ ਲੱਗਾ ਹੋਏਗਾ ਫ ਇਕ ਕੌਨਸੈਂਟਿਟੋ ਹੋਣਾ ਤੇ ਆਨਾ ਸੁਣਿਓ ਇਕ ਕੌਨਸੈਂਟਿਟੋ ਇਲ ਟ੍ਰਾਂਜ਼ਿਟੋ ਦੀ ਆਉਟੋਬਸ ਦੀ ਮਾਸਾ ਕੰਪਲੇਸੀਵਾ ਸੁਪੇਰੀਓਰੇ ਆ 3.5 ਟੋਨੇ ਲਾਤੇ ਮਤਲਬ ਕਿ ਬੱਸਾਂ ਨੂੰ ਕੋਈ ਮਨਾਹੀ ਨਹੀਂ ਨਹੀਂ ਹੈਗੀ ਬੱਸਾਂ ਜਾ ਸਕਦੀਆਂ ਨੇ ਉਹਨਾਂ ਨੂੰ ਇਜਾਜ਼ਤ ਹੈ ਕੌਨਸੈਂਟਿਟੋ ਉਹਨਾਂ ਨੂੰ ਇਜਾਜ਼ਤ ਹੈ ਆਉਟੋਬਸ ਜਿਹਨਾਂ ਦਾ ਵਜ਼ਨ 3.5 ਟਨ ਤੋਂ ਜ਼ਿਆਦਾ ਹੈ ਜਾ ਸਕਦੀਆਂ ਭਾਵੇਂ ਘਾਟੇ ਭਾਵੇਂ ਜ਼ਿਆਦਾ ਜਾ ਸਕਦੀਆਂ ਨੇ ਵੇਰੋ ਐ ਕੌਨਸੈਂਡਿਟੋ ਇਲ ਟ੍ਰਾਂਜ਼ਿਟੋ ਦੀ ਆਉਟੋਕਾਰਰੀ ਕੋਨ ਮਾਸਾ ਪੀਨੋ ਕਾਰੀਕੋ ਇਨਫੇਰੀਓਰੇ ਆ 3.5 ਟੋਨੇ ਲਾਤੇ ਔਤੋਕਾਰੀ ਜਾ ਸਕਦੇ ਨੇ ਸਿਰਫ ਐਸੀ ਕੰਡੀਸ਼ਨ ਤੇ ਕਿ ਉਹਨਾਂ ਦਾ ਵਜ਼ਨ ਘਟ ਹੋਵੇ ਸਾਡੇ 3 ਟਨ ਤੋਂ ਠੀਕ ਹੈ ਉੱਤੇ ਜਿਆਦਾ ਸੀ ਇਸ ਕਰਕੇ ਨਹੀਂ ਸੀ ਜਾ ਸਕਦੇ ਇਸ ਕਰਕੇ ਵਿਯਤਾ ਸੀ ਠੀਕ ਹੈ ਵਿਯਤਾ ਤੋਂ ਸੀ ਸੋ ਇੱਥੇ ਲਿਖਿਆ ਵੀ ਕੌਂਸੇਂਤੀ ਤੋਂ ਹੀ ਜਾ ਜਤੇ ਬੇਰੋ ਸੋ ਜੇਗਲਾ ਸਵਾਲ ਵਿਯਤਾ ਇਲ ਤ੍ਰਾਂਜ਼ੀਟੋ ਟੁੱਤੀ ਲੀ ਔਟੋਕਾਰ੍ਰੀ ਕਾਰੋਜ਼ਾਤੀ ਕੌਂ ਫੁਰਗੋਨੇ ਕਿਊਸੋ ਸਭ ਤੋਂ ਪਹਿਲਾਂ ਇਹ ਦੇਖ ਲੈਨੇ ਆ ਔਤੋਕਾਰੀ ਜਿਹੜੇ ਫੁਰਗੋ ਕਿਊਸੋ ਵਾਲੇ ਹੁੰਦੇ ਨੇ ਉਹ ਕਿਹੜੇ ਹੁੰਦੇ ਨੇ ਉਹ ਉਹ ਵਾਲੇ ਹੁੰਦੇ ਨੇ ਜਿਨ੍ਹਾਂ ਦੇ ਪਿੱਛੇ ਜਿਹੜਾ ਡਾਲਾ ਹੋਏਗਾ ਸਾਰਾ ਬੰਦ ਹੋਏਗਾ ਠੀਕ ਹੈ ਸਾਰਾ ਉੱਤੋਂ ਦੀ ਕਵਰ ਵਗੈਰਾ ਕੀਤਾ ਹੋਏ ਮਨਾਹੀ ਕਰਦਾ ਹੈ ਤਰਾਂਦੀ ਤੋਂ ਕਰਨ ਦੀ ਤੁੱਤੀ ਲਿਆਉ ਤੋਂ ਕਰ ਰਹੀ ਹਰ ਇੱਕ ਟਰੱਕ ਨੂੰ ਕਹਿੰਦਾ ਮਨਾਹੀ ਕਰਦਾ ਪਿਆ ਵਾਲਾ ਨਿਸ਼ਾਨ ਫਾਲਸੋ ਇੱਕ ਵੇਟ ਦੀ ਗੱਲ ਹੋਈ ਆ ਇੱਕ ਵੇਟ ਤੋਂ ਹੀ ਉੱਤੇ ਆ ਸਾਡੇ 3 ਟਨ ਤੋਂ ਜਿਹਨਾਂ ਦਾ ਜ਼ਿਆਦਾ ਹੈ ਉਹਨਾਂ ਨੂੰ ਹੀ ਮਨਾਹੀ ਹੈ ਜਿਨ੍ਹਾਂ ਥੱਲੇ ਆ ਉਹਨਾਂ ਨੂੰ ਕੋਈ ਮਨਾਹੀ ਨਹੀਂ ਹੈਗੀ ਸੋ ਸੇਮ ਤਰੀਕੇ ਨਾਲ ਅਗਲਾ ਸਵਾਲ ਇਹ ਕਹਿੰਦਾ ਕੌਣ ਸੰਤੀ ਤੋਂ ਇਲ ਤਰਾਂਦੀ ਤੋਂ ਤੁੱਤੀ ਲਿਆਉ ਤੋਂ ਕਰ ਰਹੀ ਇੱਥੇ ਆ ਕੇ ਫਾਲਸੋ ਹੋ ਗਿਆ ਕਿਉਂਕਿ ਇਹਨੇ ਇੱਥੇ ਲਿਖਤਾ ਤੁੱਤੀ ਲਈ ਆਉ ਤੋਂ ਕਰ ਰਹੀ ਹਰ ਇੱਕ ਟਰੱਕ ਨੂੰ ਕਹਿੰਦਾ ਇਜਾਜ਼ਤ ਹੈ ਪਰ ਫਿਰ ਵੀ ਅੱਗੇ ਕਹਿੰਦਾ ਕਰ ਉਤਸਾਤੀ ਕੌਣ ਕਸੋਨੇ ਪੈਰ ਤੋਂ ਮਤਲਬ ਕਿ ਜਿੰਨਾ ਦਾ ਪਿੱਛੇ ਵਾਲਾ ਇਹ ਡਾਲਾ ਜਾਂ ਹੁੰਦਾ ਹੈ ਉਹ ਜੇਕਰ ਓਪਨ ਹੋਵੇ ਖੁੱਲਾ ਹੋਵੇ ਫਿਰ ਕਹਿੰਦਾ ਉਹਨਾਂ ਨੂੰ ਇਜਾਜ਼ਤ ਹੈ ਫਾਲਸੋ ਐਸੀ ਕੋਈ ਗੱਲ ਨਹੀਂ ਹੈਗੀ weight ਦੇ ਆਧਾਰ ਤੇ ਹੁੰਦਾ ਸਭ ਕੁਝ ਅਗਲਾ Vettà il transito ai veicoli di massa superiore a 3.5 tonnellate destinati al trasporto di persone ਕਹਿੰਦਾ ਮਨਾਹੀ ਕਰਦਾ ਐਸੀ ਗੱਡੀਆਂ ਨੂੰ ਜਿਨ੍ਹਾਂ ਦਾ weight 3.5 ਟਨ ਤੋਂ ਜ਼ਿਆਦਾ ਹੈ ਤੇ ਜਿਹੜੀ ਬਣਾਈਆਂ ਗਈਆਂ ਨੇ ਟਰਾਂਸਪੋਰਟ ਕਰਨ ਲਈ ਪਰਸਨ ਨੂੰ ਬੰਦਿਆਂ ਨੂੰ ਟਰਾਂਸਪੋਰਟ ਕਰਨ ਲਈ ਬਣਾਈਆਂ ਗਈਆਂ ਨੇ ਫਾਲਸੋ ਬੰਦਿਆਂ ਨੂੰ ਟਰਾਂਸਪੋਰਟ ਕਰਨ ਲਈ ਜਿਹੜੀ ਗੱਡੀਆਂ ਨੇ ਉਹਨਾਂ ਨੂੰ ਇਜਾਜ਼ਤ ਤੇ ਨਾਕੀ ਮਨਾਹੀਆਂ ਠੀਕ ਹੈ ਜੀ ਸੋ ਫਾਲਸੋ 78ਵੀਂ ਕੰਪਲੀਟ ਆਪਣਾ ਸੋ ਅੱਗੇ ਅਗਲੇ ਪੇਜ ਤੇ ਇੱਥੇ 6.5 ਟਨ ਦੀ ਗੱਲ ਹੋਣੀ ਹੈ ਠੀਕ ਹੈ ਤੇ weight ਆ ਗਿਆ ਵਿਚਕਾਰ ਜਿਹਨਾਂ ਨੂੰ ਮਨਾਹੀਆਂ ਸੋ ਇਹ ਟਾਈਟਲ ਪੜ੍ਹ ਲੈਣੇ ਆ ਦਿਵਿਅਤੋ ਦੀ ਤਰ੍ਹਾਂ ਜਿ ਤੋਂ ਆਈ ਵਹੀਕਲੀ ਮਰਜੀ ਕੇ ਸੁਪੇਰਾਨੋ ਸਹੀ ਪੁਨ ਤੋਂ 6 ਟੋਨਨ ਲਾਤੇ ਸਾਢੇ 6 ਟਨ ਤੋਂ ਉੱਤੇ ਦੀ ਗੱਲ ਹੋਣੀ ਹੈ ਕਿਉਂਕਿ ਇੱਥੇ ਲਿਖਿਆ ਹੈ ਇੱਥੇ ਨੰਬਰ ਬਦਲ ਵੀ ਸਕਦਾ ਇਸ ਇਨ ਪ੍ਰੈਸੈਂਸ ਅਦਲ ਸਿਨਿਆਲੇ ਰਿਫਿਗੁਰਾਟੋ ਐ ਕੋਂਸੈਂਟਿਟੋ ਇਲ ਟ੍ਰਾਂਸਿਟੋ ਦੀ ਆਉਟੋਕਾਰਰੀ ਕੋਂ ਮਾਸਾ ਕੋਂਪਲੇਸਿਵਾ ਆ ਪੀਏਰੋ ਕਾਰੀਕੋ ਪਾਰੀ ਆ 5 ਟਨਨੇਲਟੇ ਸੋ ਇੱਤੇ ਇਜਾਜ਼ਾ ਦੇ ਇੰਡਿਆ ਐ ਕੋਂਸੈਂਟਿਟੋ ਇਜਾਜ਼ਾਤੇ ਟਰੱਕਾਂ ਨੂੰ ਸਫਰ ਕਰਨ ਦੇ ਜਿਨ੍ਹਾਂ ਦਾ ਵਜ਼ਨ 5 ਟਨ ਦੇ ਬਰਾਬਰ ਹੈ ਪਾਰੀ ਹੈ ਬਰਾਬਰ ਹੈ ਠੀਕ ਹੈ ਜੀ ਸੋ ਵੇਰਵਾ ਕਿਉਂਕਿ ਇੱਥੇ 6.5 ਟਨ ਦੀ ਗੱਲ ਹੋਣੀ ਹੈ ਨਾ ਕਿ 3.5 ਦੀ ਠੀਕ ਹੈ ਜੀ ਸੋ ਇਸ ਕਰਕੇ 5 ਟਨ ਵਾਲੀ ਗੱਡੀ ਜਾ ਸਕਦੀ ਹੈ 6.5 ਟਨ ਵੀ ਜੇਕਰ ਗੱਡੀ ਹੋਏਗੀ ਉਹ ਵੀ ਜਾ ਸਕਦੀ ਹੈ ਪਰ 6.5 ਟਨ ਤੋਂ ਜ਼ਿਆਦਾ ਜਿਹਦਾ ਵਜ਼ਨ ਹੈ ਉਹ ਨਹੀਂ ਜਾ ਸਕਦੀ ਇਹ ਗੱਲ ਦਾ ਧਿਆਨ ਰੱਖਿਓ ਸੋ ਅਵੇਰੋ ਐ ਕੋਂਸੈਂਟਿਟੋ ਇਲ ਤ੍ਰਾਂਜ਼ਿਟੋ ਅਲੀ ਆਟੋਬਸ ਆਟੋਬਸ ਦੇ ਸਫਰ ਵੀ ਇਜਾਜ਼ਤ ਹੈ ਠੀਕ ਹੈ ਜੀ ਵੇਰੋ ਆ ਆਟੋਬਸ ਦਾ ਵਜ਼ਨ ਭਾਵੇਂ ਜਿੰਨਾ ਮਰਜ਼ੀ ਹੋਵੇ ਉਹ ਜਾ ਸਕਦੀ ਆ ਅਗਲਾ ਅਭਿਯਤਾ ਤੋ ਇਲ ਤ੍ਰਾਂਜ਼ਿਟੋ ਆਉਤੋ ਕਾਰਰੀ ਸੇ ਸੁੱਲਾ ਕਾਰਤਾ ਦੇ ਚਿਰਕੁਲਾਸੀਓਨੇ ਹੈ ਇੰਡਿਕਾਤਾ ਊਨਾ ਮਾਸਾ ਆ ਪੀਨੋ ਕਾਰੀਕੋ ਸੁਪੇਰੀਓਰੇ ਆ 6.5 ਟਨ ਲਾਥੇ ਕਿਨਾਂ ਮਨਾਹੀਆ ਸਫਰ ਦੀ ਟਰੱਕਾਂ ਨੂੰ ਜੇਕਰ ਉਹਦੇ ਕਾਰਤਾ ਦੇ ਚਿਰਕੁਲਾਸੀਓਨੇ ਉੱਤੇ ਕਰਤਾ ਜੁਰ ਕਲਾਸੀ ਉਨੇ ਤੇ ਜੇਕਰ ਉਹਨੇ ਇੰਡੀਕੇਟ ਕੀਤਾ ਹੋਇਆ ਜੇਕਰ ਉਹ ਤੇ ਇੰਡੀਕੇਟ ਕੀਤਾ ਹੋਇਆ ਇਹ ਨਮਾਸਾ ਇੱਕ ਵਜਨ ਜਿਹਦਾ ਜਿਹੜਾ ਫੁੱਲ ਹੋਣ ਤੇ 6.5 ਟਨ ਤੋਂ ਜ਼ਿਆਦਾ ਠੀਕ ਹੈ ਜ਼ਿਆਦਾ ਹੋ ਗਿਆ ਇਸ ਕਰਕੇ ਮਨਾਹੀਆਂ। ਵੇਰੋ। ਵੇਟਲ ਤਰਾਂਜ਼ੀਟੋ ਆਈ ਵੇਕੋਲੀ ਦੇ ਮਾਸਾ ਸੁਪੇਰੀਓਰੇ 6.5 ਟੋਨੈਲਾਤੇ ਦੇਸਟੀਨਾਤੀ ਅਲ ਟ੍ਰਾਂਸਪੋਰਟੋ ਦੇ ਪਰਸੋਨੇ। ਹੁਣ ਇਹ ਗੱਲ ਦਾ ਵਿਤਿਆਨ ਰੱਖਿਓ। ਵੀ ਸਿਰਫ ਜਿਹੜਾ ਸਮਾਨ ਟਰਾਂਸਪੋਰਟ ਕਰਦੀ ਸਿਰਫ ਉਹਨਾਂ ਤੇ ਮਨਾਹੀ ਹੈ ਜਿਹੜੀ ਪਰਸਨਲ ਟਰਾਂਸਪੋਰਟ ਕਰਦੀ ਉਹਨਾਂ ਤੇ ਕੋਈ ਮਨਾਹੀ ਨਹੀਂ ਹੈਗੀ। ਵੀ ਇਹ ਤਾਂ ਮਨਾਹੀ ਕਰਦਾ ਸਫਰ ਦੀ ਜਿਹੜੀ ਗੱਡੀਆਂ ਦਾ ਵਜ਼ਨ ਤੇ ਜਿਹੜੀ ਬੰਦੇ ਟਰਾਂਸਪੋਰਟ ਕਰਨ ਲਈ ਬਣੀਆਂ ਇਸ ਕਰਕੇ ਇਹ ਸਵਾਲ ਫਾਲਸ ਹੋ ਜਾਂਦਾ ਕਿਉਂਕਿ ਇੱਥੇ ਮਨਾਹੀ ਨਹੀਂ ਕੌਨਸੈਂਤੀ ਤੋਆ ਐ ਕੌਨਸੈਂਤੀ ਤੋ ਇਲ ਟਰਾਂਜ਼ੀਟੋ ਅਲੀ ਆਉਟੋਕਾਰਰੀ ਅਦ ਉਸੋ ਸਪੇਚਿਆਲੇ ਦੀ ਮਾਸਾ ਸੁਪੇਰੀਓਰੇ ਆ 6.5 ਟੋਨੈਲਾਤੇ ਕਹਿੰਦਾ ਇਜਾਜ਼ਤ ਐ ਐਸੀ ਗੱਡੀਆਂ ਨੂੰ ਜਿਹੜੀ ਸਪੈਸ਼ਲ ਵਰਤੋ ਲਈ ਵਰਤੀਆਂ ਜਾਂਦੀਆਂ ਨੇ ਜਿਨ੍ਹਾਂ ਦਾ ਵਜ਼ਨ 6.5 ਟਨ ਤੋਂ ਜ਼ਿਆਦਾ ਹੈ ਫਾਲਸ ਹੋ ਗਿਆ ਸਿਰਫ ਬੰਦੇ ਟਰਾਂਸਪੋਰਟ ਕਰਨ ਵਾਲੀ ਗੱਡੀਆਂ ਜਾ ਸਕਦੀਆਂ ਹਨ ਹੋਰ ਕੋਈ ਨਹੀਂ ਸੋ ਇਸ ਕਰਕੇ ਕੌਨਸੈਂਤੀ ਤੋ ਨਹੀਂ ਵਿਯਾ ਤੋਆ ਵਿਯਾ ਇਲ ਟਰਾਂਜ਼ੀਟੋ ਦੀ ਆਉਟੋਬਸ ਦੀ ਮਾਸਾ ਕੰਪਲੇਸਿਵਾ ਸੁਪੇ ਮਨਾਹੀ ਕਰਦਾ ਇੱਕ ਬੱਸ ਨੂੰ ਓਤੋਬਸ ਆ ਗਿਆ ਜਿਨ੍ਹਾਂ ਦਾ ਵਜ਼ਨ 10 ਟਨ ਤੋਂ ਜ਼ਿਆਦਾ ਹੈ ਫਾਲਸੋ ਹੋ ਗਿਆ ਕਿਉਂਕਿ ਬੱਸ ਨੂੰ ਕੋਈ ਮਨਾਹੀ ਨਹੀਂ ਹੈਗੀ ਅਗਲਾ ਐ ਕੋਨ ਸਿੰਦੀ ਤੋ ਇਲ ਤ੍ਰਾਂਜ਼ੀਟੋ ਅਲੀ ਓਟੋਕਾਰਰੀ ਦੀ ਮਾਸਾ ਪਾਰੀ ਆ 7.5 ਟੋਨੈਲਾਤੇ ਕਵਾਂਡੋ ਚਿਰਕੋਲਾਨੋ ਕੰਪਲੇਟAMENTE ਸਕਾਰੀਕੀ ਕਿੰਦਾ ਇਜਾਜ਼ਤੇ ਸਫਰ ਕਰਨ ਦੀ ਟਰੱਕਾਂ ਨੂੰ ਜੇਕਰ ਉਹਨਾਂ ਦਾ ਵਜ਼ਨ ਬਰਾਬਰ ਹੈ ਕਿੰਨੇ 7.5 ਟਨ ਦੇ ਜਦੋਂ ਸਫਰ ਕਰਦੇ ਬੈ ਨੇ ਕੰਪਲੇਟAMENTE ਕੰਪਲੀਟਲੀ ਸਕਾਰੀਕੀ ਖਾਲੀ ਹੋ ਕੇ ਫਾਲਸੋ ਖਾਲੀ ਆ ਭਾਵੇਂ ਭਰਿਆ ਵਜ਼ਨ ਤੇ ਉਹ ਨਹੀਂ ਹੋ ਗਿਆ 7 7.5 ਟਨ ਤੱਕ ਪਹੁੰਚ ਗਿਆ ਸੋ ਇਸ ਕਰਕੇ ਆ ਫਾਲਸੋ ਹੋ ਗਿਆ ਵੱਧਦੇ ਅਗਲੇ ਪੇਜ ਤੇ ਸੋ ਜੀ ਪਹੁੰਚ ਗਏ 80 ਨੰਬਰ ਪੇਜ ਤੇ ਇੱਥੇ ਮਨਾਹੀ ਆਦੀ ਵੀ ਹੈ ਤੁਸੀਂ ਤਰ੍ਹਾਂ ਦੀ ਤੋਂ ਆਈ ਵੇਕਲੀ ਆ ਮੋਟੋਰੇ ਟ੍ਰੈਨਾਂਟੇ 1 ਰਿਮੋਰਖਿਓ ਜਿਹੜੀ ਇੱਕ ਰਿਮੋਰਖਿਓ ਨੂੰ ਖਿੱਚਦੀ ਪਈਆਂ ਨੇ ਇੱਥੇ ਮਨਾਹੀ ਆ ਗੱਡੀਆਂ ਨੂੰ ਜਿਹੜੀ ਇੱਕ ਰਿਮੋਰਖਿਓ ਨੂੰ ਖਿੱਚਦੀਆਂ ਪਈਆਂ ਨੇ ਫੋਟੋ 'ਚ ਵੀ ਦੇਖ ਸਕਦੇ ਹੋ ਰਿਮੋਰਖਿਓ ਬਣੀ ਹੋਈ ਹੈ ਇੱਕ ਤਰ੍ਹਾਂ ਦੀ ਠੀਕ ਹੈ ਰਿਮੋਰਖਿਓ ਨੂੰ ਖਿੱਚਦੀ ਪਈ ਇੱਕ ਗੱਡੀ ਸੋ ਇਹ 80 ਨੰਬਰ ਪੇਜ ਆ ਵੱਧਦੇ ਆ ਪਹਿਲੇ ਸਵਾਲ ਤੇ ਇਨ ਪ੍ਰੈ ਕਰੈਲੋ ਅਪੈਂਡੀਚੇ ਕੀ ਹੁੰਦਾ ਸੋ ਜਿਹਨੂੰ ਕਹਿੰਦੇ ਕਰੈਲੋ ਅਪੈਂਡੀਚੇ ਛੋਟੀ ਜੀ ਹੋਏਗੀ ਬਿਲਕੁਲ ਹੀ ਛੋਟੀ ਜੀ ਰਿਮੋਰਖੇ ਜਨੂੰ ਕਹਿ ਸਕਦੇ ਰਿਮੋਰਖੇ ਵੀ ਨਹੀਂ ਹੈਗੀ ਛੋਟੀ ਜੀ ਹੈ ਬਿਲਕੁਲ 750 ਕਿਲੋਗ੍ਰਾਮ ਦੀ ਹੁੰਦੀ ਹੈ ਸ਼ਾਇਦ ਇਹ ਸੋ ਕਹਿੰਦਾ ਵੀ ਉਹਨੂੰ ਖਿੱਚਣ ਦੀ ਇਜਾਜ਼ਤ ਹੈ ਕਰੈਲੋ ਅਪੈਂਡੀਚੇ ਨੂੰ ਖਿੱਚਣ ਦੀ ਇਜਾਜ਼ਤ ਹੈ ਰਿਮੋਰਖੇ ਨੂੰ ਖਿੱਚਣ ਦੀ ਨਹੀਂ ਹੈਗੀ ਪਰ ਇੱਕ ਕਰੈਲੋ ਅਪੈਂਡੀਚੇ ਨੂੰ ਖਿੱਚਣ ਦੀ ਹੈਗੀ ਸੋ ਇਸ ਕਰਕੇ ਆਵੇਰੋ ਇਹ ਤੇਲ ਤ੍ਰਾਂਸਿਟੋਈ ਵਿਕੋਲੀ ਅ ਮੋਟੋਰੇ ਤ੍ਰੈਨਾਂਤੀ ਉਨ ਰਿਮੋਰਖਿਓ ਜਿਹੜੀ ਗੱਡੀਆਂ ਇੱਕ ਰਿਮੋਰਖਿਓ ਨੂੰ ਖਿੱਚਦੀਆਂ ਪਈ ਠੀਕ ਹੈ ਜੀ ਵੇਰੋ ਐ ਕੋਨਸੈਂਟਿਟੋ ਇਲ ਟਰਾਂਜ਼ੀਟੋ ਅਲੀ ਆਉਟੋਸੁੰਡਾਤੀ ਸੋ ਕਹਿੰਦਾ ਆਉਟੋਸੁੰਡਾਤੀ ਨੂੰ ਇਜਾਜ਼ਤ ਸਫ਼ਰ ਕਰਨ ਦੀ ਸੋ ਕੀ ਹੁੰਦਾ ਆਉਟੋਸੁੰਡਾਤੀ ਤੁਹਾਨੂੰ ਹੁਣੇ ਦਿਖਾ ਦੇਣਾ ਸੋ ਜੇ ਸਾਡੀ ਵੈਬਸਾਈਟ apbbikechannel.com ਇੱਥੇ ਮੈਂ ਸਾਰੀ ਗੱਡੀਆਂ ਦੇ ਬਾਰੇ ਦੱਸਿਆ ਹੋਇਆ ਹੈ ਡਿਟੇਲ ਵਿੱਚ ਵੀ ਕਿਹੜੀ ਗੱਡੀ ਕੀ ਕੁਝ ਕਰਦੀ ਆ ਠੀਕ ਹੈ ਤੁਸੀਂ ਇਹ ਵੈਬਸਾਈਟ ਨੂੰ ਚੈੱਕ ਕਰ ਸਕਦੇ ਹੋ ਇੱਦਾਂ ਇੱਥੇ ਅਚਕਲ-ਕੱਲੀ ਚੀਜ਼ ਦਾ ਨਾਮ ਦੱਸਿਆ ਗਿਆ ਤੇ ਉਹਨੇ ਕੀ-ਕੀ ਕੁਆਲੀਫਿਕੇਸ਼ਨ ਉਹ ਦੱਸੀ ਗਈ ਆ ਹੁਣ ਦੇਖ ਲੈਣਾ ਆਉਟੋਸੁੰਡਾਤੀ ਨੂੰ ਇੱਥੇ ਜਿਹਾ ਸਿਆ ਲਿਖਿਆ ਹੋਇਆ ਉਹ ਤੋਂ ਸੁਣਨ ਦਾਤੀ ਬਾਰੇ ਤੁਸੀਂ ਦੇਖ ਸਕਦੇ ਹੋ ਇੱਕ ਲੰਬੀ ਆਟੋਬਸ ਨੂੰ ਤੋਂ ਸੰਗਤੋ ਗਿਆ ਜਾਂਦਾ ਜਿਸ ਵਿੱਚ ਦੋ ਬਸ ਨੂੰ ਆਪਸ ਵਿੱਚ ਜੋੜਿਆ ਜਾਂਦਾ ਹੈ ਠੀਕ ਹੈ ਜੀ ਸੋ ਇਹ ਹੋ ਗਈ ਆਪਣੀ ਆਟੋਸੰਬੰਧਾਤੀ ਜਿੰਨੇ ਦੇਖ ਸਕਦੇ ਹੋ ਪਿੱਛੇ ਇੱਕ ਪਾਸੇ ਦੇਖ ਕੇ ਬਸ ਜਿਹਨੂੰ ਜੋੜਿਆ ਗਿਆ ਆਪਸ ਵਿੱਚ ਤੇ ਇਸ ਪੇਜ ਦਾ ਜਿਹੜਾ ਲਿੰਕ ਹੋਏਗਾ ਉਹਨੂੰ ਮੈਂ ਅੱਜ ਫੇਸਬੁਕ ਉੱਤੇ ਪੋਸਟ ਕਰਦਾਗਾ ਤੁਸੀਂ ਉੱਥੇ ਜਾ ਕੇ ਇਹਨੂੰ ਦੇਖ ਸਕਦੇ ਹੋ ਸੋ ਜੀ ਆਟੋਸੰਬੰਧਾਤੀ ਵਾਲੀ ਗੱਲ ਕਰਦੇ ਵੇਸੀ ਕਹਿੰਦਾ ਉਹਨਾਂ ਨੂੰ ਇਜਾਜ਼ਤ ਹੈ ਸੋ ਹਾਂਜੀ ਉਹਨੂੰ ਇਜਾਜ਼ਤ ਹੈ ਸਫ਼ਰ ਕਰਨ ਦੀ ਸੋ ਇਹ ਫਿਰ ਹੋ ਗਿਆ ਅਗਲਾ ਸਵਾਲ ਐ ਕੋਨ ਸੈਂਤੀ ਚਿਰਕੋਲਾ ਸਕਾਰਿਕੋ ਕਹਿੰਦਾ ਇਜਾਜ਼ਤ ਹੈ ਆਉਟੋ ਆਰਟੀਕੋਲਾਟ ਨੂੰ ਸਫਰ ਕਰਨ ਦੀ ਜੇਕਰ ਚਿਰਕੋਲਾ ਸਕਾਰਿਕੋ ਜੇਕਰ ਉਹ ਖਾਲੀ ਸਫਰ ਕਰਦੀ ਵੀ ਅਤੇ ਫਾਲਸੋ ਐਸਾ ਕੁਝ ਵੀ ਨਹੀਂ ਹੈਗਾ ਆਉਟੋ ਆਰਟੀਕੋਲਾਟ ਦੀ ਫੋਟੋ ਵੀ ਮੈਂ ਉੱਥੇ ਪੋਸਟ ਕੀਤੀ ਹੋਈ ਹੈ ਸੀ ਲਿੰਕ ਤੇ ਤੁਸੀਂ ਉਹ ਵੀ ਵੇਖ ਸਕਦੇ ਹੋ ਵੱਧ ਅਗਲੇ ਸਵਾਲ ਤੇ ਵਾਲੇ ਸੋਲਾਮੈਂਟੇ ਪਰ ਵੇਹਿਕਲੀ ਅਦੀਬੀਤੀ ਅਲ ਟ੍ਰਾਂਸਪੋਰਟੋ ਦੀ ਮਰਚੀ ਸੁਆਬਰਾ ਸੇ ਨਿਆਲੇ ਜੜਾਇਆ ਜਿਹੜਾ ਦਿਖਾਇਆ ਗਿਆ ਕਹਿੰਦਾ ਸਿਰਫ ਵਾਲਿਆ ਵੈਲਿਡਾ ਸਿਰਫ ਲਾਗੂ ਹੁੰਦਾ ਉਹਨਾਂ ਗੱਡੀਆਂ ਤੇ ਜਿਹੜੀਆਂ ਸਮਾਨ ਨੂੰ ਟ੍ਰਾਂਸਪੋਰਟ ਕਰਦੀਆਂ ਨੇ ਸਿਰਫ ਉਹਨਾਂ ਲਈ ਵੈਲਿਡਾ ਐਸੀ ਗੱਡੀਆਂ ਤੇ ਹੀ ਵੈਲਿਡਾ ਫਾਲਸੋ ਇਦਲਾ ਸਿਨਿਆਲੇ ਆ ਵੈਲਿਡ ਉਹਨਾਂ ਕੱਢੀਆਂ ਤੇ ਵੀ ਹੈ ਵੀ ਜਿਹੜੀ ਕਾਰਾਵਾਨ ਨੂੰ ਖਿੱਚਦੀ ਆ ਬਈ ਨੇ ਕਾਰਾਵਾਨ ਉਹ ਸਿਸਟਮ ਹੈ ਤੁਸੀਂ ਜਿਹੜਾ ਲਿੰਕ ਤੁਹਾਨੂੰ ਦਾਂਗਾ ਉਸ ਲਿੰਕ ਵਿੱਚ ਤੁਸੀਂ ਦੇਖ ਸਕਦੇ ਸਾਡੀ ਵੈਬਸਾਈਟ ਤੇ ਕਾਰਾਵਾਨ ਉਹ ਰਿਮੋਰਖੇਵਾ ਜੀ ਦੇ ਵਿੱਚ ਮਤਲਬ ਕਈ ਵੀ ਰੈਂਸ ਐਂਡ ਰੈਸ ਆ ਸਕਦੇ ਆ ਰਸੋਈ ਰਸੋਈ ਬੈੱਡ ਬੂਟ ਸਭ ਕੁਝ ਲੱਗਾ ਹੁੰਦਾ ਉਹ ਹੁੰਦਾ ਕਾਰਾਵਾਨ ਤੇ ਜਿਹੜਾ ਇਹ ਵਾਲਾ ਨਿਸ਼ਾਨ ਹੈ ਉਹਨਾਂ ਤੇ ਵੀ ਵੈਲਿਡ ਹੁੰਦਾ ਇਸ ਕਰਕੇ ਸੁਲਤਾਨ ਤੋਂ ਵਾਲੀ ਗੱਲ ਨਹੀਂ ਆਂਦੀ ਸੋ ਇਫ ਆਲਸੋ ਮੱਧੇ ਅਗਲੇ ਇਨ ਪ੍ਰੈਜ਼ੈਂਸ ਅਦਲ ਸਿਨਿਆਲੇ ਰਾ ਫਿਗੂਰਾ ਟੋ ਐ ਕੌਨਸੈਂਟਿਟੋ ਇਲ ਟ੍ਰਾਂਸਿਟੋ ਅ ਅ ਕਹਿੰਦਾ ਇਜਾਜ਼ਤ ਹੈ ਸਫਰ ਕਰਨ ਦੀ ਆਉਤੋ ਕਾਰਨ ਨੂੰ ਜਿਹੜਾ ਖਿੱਚਦਾ ਪਿਆ ਇੱਕ ਰਿਮੋਰਕ ਨੂੰ ਪਰ ਇੰਬਰਕਾਤ ਸੋ ਨਹੀਂ ਬਰਕਾਤ ਸੋ ਨਹੀਂ ਹੁੰਦਾ ਵੀ ਉਹਨੂੰ ਸ਼ਿਪ ਕਰਨ ਲੱਗੇ ਨੇ ਉਹ ਸ੍ਰੀ ਮੋਰਕਿਓ ਨੂੰ ਭੇਜਣ ਲੱਗੇ ਨੇ ਕਿਸੇ ਪਾਸੇ ਤੇ ਉਹਨਾਂ ਨੂੰ ਇਜਾਜ਼ਤ ਹੈ ਫਾਲਸੋ ਉਹਨਾਂ ਨੂੰ ਇਜਾਜ਼ਤ ਨਹੀਂ ਹੈ ਕਿ ਇੱਥੇ ਪ੍ਰੋਪਰ ਆਉਤੋ ਕਾਰੋ ਦੀ ਗੱਲ ਹੋਈ ਹੈ ਵੀ ਉਹ ਨਹੀਂ ਖਿੱਚ ਸਕਦਾ ਇੱਕ ਰਿਮੋਰਕ ਨੂੰ ਜਿਹੜਾ ਖਿੱਚਦਾ ਪਿਆ ਉਹਨੂੰ ਇੱਥੇ ਜਾਂਦੀ ਇਜਾਜ਼ਤ ਨਹੀਂ ਹੈਗੀ ਇਜਾਜ਼ਤ ਹੈ ਸਿਰਫ ਬਸਾਂ ਨੂੰ ਤੇ ਕਰੈਲੋ ਅਪੈਂਡੀਚੀ ਨੂੰ ਸੋ ਇਹ ਵੀ ਕੰਪਲੀਟ ਹੋ ਗਿਆ ਆਪਣਾ 80ਵਾਂ ਅਗਲੇ ਬੱਦੇ 81 ਦੇ ਸੋ ਸੋ ਹੁਣ ਇੱਥੇ ਇਸ ਨਿਸ਼ ਜਿਹੜੇ ਖਤਰਨਾਕ ਮਟੀਰੀਅਲ ਹੁੰਦੇ ਉਹਨਾਂ ਨੂੰ ਲੈ ਕੇ ਜਾਣ ਦੀ ਮਨਾਹੀਆਂ ਕਹਿੰਦਾ ਦੀਵਿਯਤੋ ਦੀ ਤਰ੍ਹਾਂ ਜਿ ਤੋਈ ਵੀ ਕੋਲੀ ਕਿ ਟ੍ਰਾਂਸਪੋਰਟ ਨੋ ਮਿਰਚੀ ਪੈਰੀਕਲੋਜ਼ੇ ਖਤਰਨਾਕ ਸਮਾਨ ਨੂੰ ਲੈ ਕੇ ਜਾਣ ਦੀ ਮਨਾਹੀਆਂ ਸੋ ਜੀ ਬੱਦਿਆਂ ਪਹਿਲੇ ਸਵਾਲ ਤੇ ਇਲ ਸਿਨਿਆਲੇ ਰਾ ਫਿਗੂਰਾ ਤੋ ਵਿਏਤਾ ਇਲ ਟ੍ਰਾਂਸਿਟੋ ਆਈ ਵੀ ਕੋਲੀ ਕਿ ਟ੍ਰਾਂਸਪੋਰਟ ਨੋ ਮਿਰਚੀ ਪੈਰੀਕਲੋਜ਼ੇ ਕਹਿੰਦਾ ਮਨਾਹੀਆਂ ਸਫ਼ਰ ਕਰਨ ਦੀ ਉਹਨਾਂ ਗੱਡੀਆਂ ਨੂੰ ਜਿਹੜੀ ਜਿਹੜੀ ਟ੍ਰਾਂਸਪੋਰਟ ਕਰਦੀਆਂ ਪਿਆਨੇ ਸਮਾਨ ਜਿਹੜਾ ਖਤਰਨਾਕ ਹੈ ਕੁਝ ਵੀ ਹੋ ਗਿਆ ਪੈਟਰੋਲ ਜਾਂ ਜਿਹਨਾਂ ਚੋਂ ਆਗੂਗ ਲੱਗ ਸਕਦੀ ਕੋਈ ਐਸਾ ਮਟੀਰੀਅਲ ਹੋ ਗਿਆ ਉਹਨੂੰ ਲੈ ਕੇ ਜਾਣ ਦੀ ਮ ਅਗਲਾ ਕਹਿੰਦਾ ਵਿਯਤਾ ਅਲ ਤ੍ਰਾਂਜ਼ੀਟੋ ਅਲੀ ਆਉਤੋ ਚਿਸਟਰਨੇ ਕਿਹ ਟ੍ਰਾਂਸਪੋਰਟਾਨੋ ਬੈਂਜ਼ੀਨਾ ਜਿਹੜੇ ਪੈਟਰੋਲ ਲੈ ਕੇ ਜਾਂਦੇ ਆ ਉਹਨਾਂ ਉਹਨਾਂ ਆਉਤੋ ਚਿਸਟਰਨੇ ਤੇ ਵੀ ਮਨਾਹੀਆਂ ਇੱਥੇ ਸਫ਼ਰ ਕਰਨ ਦੀ ਠੀਕ ਹੈ ਜੀ ਸੋ ਵੇਰੋ ਹੋ ਗਿਆ ਕਿਉਂਕਿ ਉਹ ਵੀ ਖਤਰਨਾਕ ਹੈ ਤੇਲ ਵੀ ਖਤਰਨਾਕ ਹੈ ਵਿਯਤਾ ਤ੍ਰਾਂਜ਼ੀਟੋ ਅਲੀ ਆਉਤੋ ਕਾਰੀ ਤੇਲੋਨਾਤੀ ਸੋ ਕਹਿੰਦਾ ਮਨਾਹੀਆਂ ਇਸ ਸਫ਼ਰ ਕਰਨ ਦੀ ਟਰੱਕਾਂ ਨੂੰ ਜਿਹੜੇ ਤੇਲੋਨਾਤੀ ਨੇ ਤੇਲੋਨਾਤੀ ਮਤਲਬ ਉਹਨਾਂ ਤਰਪਾਲ ਵਗੈਰਾ ਪਾਈ ਹੋਈ ਆਸੇ-ਪਾਸੇ ਉਹਨਾਂ ਦੀ ਉਹਨਾਂ ਦੇ ਜਾਣ ਦੀ ਮਨਾਹੀਆਂ ਫਾਲਸੋ ਐਸੀ ਕੋਈ ਗੱਲ ਨਹੀਂ ਹੈਗੀ ਵੇਟਾਇਲ ਟ੍ਰਾਂਜ਼ਿਟੋ ਆਈ ਵੇਇਕੁਲੀ ਕੇ ਟ੍ਰਾਂਸਪੋਰਟੋ ਨੋ ਮੇਰਚੀ ਦੇ ਪੇਰੀਬਿਲੀ ਸੋ ਇੱਥੇ ਕਹਿੰਦਾ ਪਿਆ ਮਨਾਹੀਆਂ ਸਫਰ ਕਰਨ ਦੀ ਉਹਨਾਂ ਗੱਡੀਆਂ ਨੂੰ ਜਿਹੜੀ ਟ੍ਰਾਂਸਪੋਰਟ ਕਰਦੀਆਂ ਪਿਆ ਨੇ ਐਸਾ ਸਮਾਨ ਜਿਹੜੀ ਦੇ ਪੇਰੀਬਿਲੀਆ ਮਤਲਬ ਕਿ ਜਿਹੜਾ ਸਮਾਨ ਖਤਮ ਹੋ ਜਾਂਦਾ ਕੋਈ ਐਕਸਪਾਇਰੀ ਡੇਟ ਹੋਵੇਗੀ ਚੀਜ਼ ਸਮਾਨ ਦੀ ਜਿਵੇਂ ਦੁੱਧ ਹੋ ਗਿਆ ਦੁੱਧ ਟ੍ਰਾਂਸਪੋਰਟ ਕੀਤਾ ਜਾਂਦਾ ਦੁੱਧ ਹੁਣ ਹਮੇਸ਼ਾ ਲਈ ਵੈਲਿਡ ਤੇ ਨਹੀਂ ਰਹਿੰਦਾ ਉਹਦਾ ਕੁਝ ਵੈਲਿਡਿਟੀ ਹੁੰਦੀ ਹੈ ਵੀ ਹਾਂ ਅੱਜ ਖਰਾਬ ਹੋ ਗਿਆ ਕੱਲ ਖਰਾਬ ਹੋ ਗਿਆ ਸੋ ਐਸੇ ਸਮਾਨ ਨੂੰ ਲੈ ਕੇ ਜਾਂਦੇ ਉਹਨੂੰ ਮਨਾਹੀਆਂ ਜਾਂਦੀ ਸੋ ਫਾਲਸੋ ਐਸੇ ਸਮਾਨ ਦੀ ਮਨਾਹੀ ਨਹੀਂ ਫਾਲਸੋ ਵਿਟੈਲ ਟਰਾਂਜ਼ਿਟੋਈ ਵਿਕੋਲੀ ਕੋਨ ਫੁਰਗੋਨੇ ਫੇਰੀਗੋਰੀ ਫੀਰੋ ਮਤਲਬ ਕਿ ਜਿਹੜੇ ਫ੍ਰਿਜ ਵਾਲੇ ਫੁਰਗੋਨੇ ਹੁੰਦੇ ਨੇ ਉਹਨਾਂ ਦੀ ਜਾਂਦੀ ਬਣਾਈਆਂ ਫਾਲਸੋ ਐਸੀ ਕੋਈ ਮਨਾਈ ਨਹੀਂ ਹੈਗੀ 81 ਕੰਪਲੀਟ ਹੋ ਚੁੱਕਿਆ 82 ਸੋ ਹੁਣ ਇੱਥੇ ਪਟਾਕੇ ਪੈਂਡੇ ਨੇ ਕਹਿੰਦਾ ਦਿਵੀਤੋ ਦੀ ਟਰਾਂਜ਼ਿਟੋਈ ਵਿਕੋਲੀ ਕੇ ਟਰਾਂਸਪੋਰਟ ਨੂੰ ਐਕਸਪਲੋਜ਼ਿਵ ਵੀ ਉਪਰ ਦੋਤੀ ਫਾਚਿਲਮੈਂਟੇ ਇਨਫੀਆਮਾਬਿਲੀ ਜਿਹੜਾ ਉਹਨਾਂ ਆਸਾਨੀ ਨਾਲ ਅੱਗ ਲੱਗ ਜਾਂਦੀ ਹੈ ਜਾਂ ਜਿਹੜੇ ਐਕਸਪਲੋਡ ਹੋ ਸਕਦੇ ਆ ਉਹਨਾਂ ਨੂੰ ਜਾਂਦੀ ਬਣਾਈਆਂ ਧਿਆਨ ਰੱਖਿਓ ਇਹਦੇ ਵਿੱਚ ਉਹ ਨਹੀਂ ਗਿਣਿਆ ਜਾਂਦਾ ਜਿਹੜਾ ਆਪਣਾ ਪੈਟਰ ਡੀਜ਼ਲ ਪੈਟਰੋਲ ਜੋ ਕੁਛ ਵੀ ਗੈਸ ਜਿਹਦੇ ਦੇ ਵੀ ਚਲਦੀ ਪੀ ਆ ਉਹ ਨਹੀਂ ਗਿਣਿਆ ਜਾਂਦਾ ਬਾਕੀ ਸਾਰੇ ਜਿਹੜਾ ਐਕਸਪਲੋਸਿਵ ਜਿਹੜਾ ਜਿਹਨੂੰ ਅੱਗ ਲੱਗ ਸਕਦੀ ਹੈ ਛੇਤੀਆਂ ਨੂੰ ਟਰਾਂਸਪੋਰਟ ਕੀਤਾ ਜਾਂਦੇ ਆ ਉਹਨਾਂ ਦੀ ਮਨਾਹੀਆਂ ਸਿਰਫ ਸੋ ਵੱਧਦੇ ਆ ਪਹਿਲੇ ਸਵਾਲ ਤੇ ਐਲਸੀ ਨੇ ਆਲੇ ਦਾ ਫਿਗੂਰਾ ਤੋ ਵਿਟਾ ਇਲ ਟਰਾਂਜ਼ੀਟੋ ਆਈ ਵਿਕੋਲੀ ਕੇ ਟਰਾਂਸਪੋਰਟੋਨ ਐਕਸਪਲੋਸਿਵੀ ਜਿਹੜਾ ਐਕਸਪਲੋਸਿਵ ਸਮਾਨ ਲੈ ਕੇ ਜਾਣਦੇ ਨੇ ਉਹਨਾਂ ਦੇ ਸਫਰ ਦੀ ਮਨਾਹੀਆਂ ਵੇਰੋ ਇਲ ਟਰਾਂਜ਼ੀਟੋ ਆਈ ਵਿਕੋਲੀ ਕੇ ਟਰਾਂਸਪੋਰਟੋਨ ਪ੍ਰੋਡੋਟੀ ਫਾਚਿਲਮੈਂਤੇ ਇਨਫੀਆਮਾਬਿਲੀ ਸੇਮੋ ਇਲੇਖਤਾ ਬਸ ਇਨ ਇੰਫੀਆ ਮਾਵਿਲੀ ਜਿਹਨਾਂ ਨੂੰ ਅੱਗ ਲੱਗ ਸਕਦੀ ਹੈ ਜਿਨਾਂ ਨੂੰ ਛੇਤੀ ਅੱਗ ਲੱਗ ਸਕਦੀ ਹੈ ਉਹਨਾਂ ਇਸ ਸਫ਼ਰ ਤੇ ਮਨਾਹੀਆਂ ਸੋ ਐਵੇਰੋ ਪ੍ਰੈਸਕ੍ਰੀਵੇ ਦੀ ਫਾਰੇ ਅਟੈਂਸ਼ਨ ਅਲ ਟ੍ਰਾਂਜ਼ੀਟੋ ਆਈਵੀ ਕੋਲੀ ਕੇ ਟ੍ਰਾਂਸਪੋਰਟੋ ਨੋ ਐਕਸਪਲੋਸਿਵ ਜਿਹੜੀ ਗੱਡੀਆਂ ਐਕਸਪਲੋਸਿਵ ਲੈ ਕੇ ਜਾਣ ਲੀਆਂ ਨੇ ਉਹਨਾਂ ਤੇ ਧਿਆਨ ਦੇਣ ਨੂੰ ਕਹਿੰਦਾ ਪਿਆ ਕਹਿੰਦਾ ਵੀ ਜਿਹੜਾ ਇਸ ਨਿਸ਼ਾਨ ਨੇ ਆਪਾਂ ਨੂੰ ਦੱਸਦਾ ਹੈ ਕਿ ਵੀ ਆਪਾਂ ਨੂੰ ਧਿਆਨ ਦੇਣਾ ਚਾਹੀਦਾ ਉਹਨੀਆਂ ਉਹਨਾਂ ਗੱਡੀਆਂ ਦੇ ਜਿਹੜੀ ਟ੍ਰਾਂਸਪੋਰਟ ਕਰਦੀਆਂ ਮੈਨ ਐਕਸਪਲੋਸਿਵ ਜਦ ਕਿ ਇਹਦਾ ਨਹੀਂ ਹੈਗਾ ਉਹਨਾਂ ਗੱਡੀਆਂ ਦੇ ਜਾਣ ਤੇ ਹੀ ਮਨਾਹੀਆਂ ਸੋ ਜੇਕਰ ਗੱਡੀਆਂ ਹੀ in presenza del segnaler raffigurato è consentito il transito ai veicoli che trasportano prodotti facilmente infiammabili purché non esplosivi. ਕਹਿੰਦਾ ਇਜਾਜ਼ਤ ਹੈ ਗੱਡੀਆਂ ਨੂੰ ਸਫਰ ਕਰਨ ਦੀ ਜਿਹੜੀ ਪ੍ਰੋਡਕਟ ਐਸ ਲੱਗ ਜਾਂਦੀ ਜਿਨ੍ਹਾਂ ਨੂੰ ਆਸਾਨੀ ਨਾਲ ਅੱਗ ਲੱਗ ਜਾਂਦੀ ਆ ਜਿਵੇਂ ਪੈਟਰੋਲ ਟੀਚਰ ਹੋ ਗਿਆ purché non esplosivi. ਪਰ ਸ਼ਰਤ ਇਹ ਆ ਕਿ ਵੀ ਉਹ ਐਕਸਪਲੋਸਿਵ ਨਾ ਹੋਣ ਐਕਸਪਲੋਸਿਵ ਉਹ ਜਿਹੜਾ ਮਤਲਬ ਇੱਕਦਮ ਧਮਾਕਾ ਕਰਕੇ ਫਟੇ ਇੱਕਦਮ ਉਹਨੂੰ ਕਹਿੰਦੇ ਐਕਸਪਲੋਸਿਵ ਤੇ ਫਾਸਿਲਮੈਂਟੇ ਇਨਫੀਆਮਾਬਿਲੀ ਜਿਹਨਾਂ ਨੂੰ ਆਸਾਨੀ ਨਾਲ ਅੱਗ ਲੱਗ ਜਾਂਦੀ ਆ ਠੀਕ ਹੈ ਜੀ ਸੋ ਇਸ ਕਰਕੇ ਆ ਫਾਲਸੋ ਦੋਨਾਂ ਨੂੰ ਹੀ ਮਨਾਈਆਂ ਇੱਕ ਨੂੰ ਨਹੀਂ ਐ ਕੌਨਸੈਂਟਿਟੋ il treno di veicolo che trasportano prodotti facilmente infiammabili. Kenda izazat e khichan di ek gaddi nu je transport kardi piasse product je nanu saine nan lag lag sakdi hai. Also koi izazat nahi hegi banaiya 82 complete. So ji ajj di video hundi ethe khatam te hun gal karde apne pichli video ch puchhe gaye sawal te naye sawal di. So jithe mai puchhe se apna pichla sawal l'inserimento della carta tachigrafica del conducente nel cronotachigrafo digitale deve avvenire con l'accensione inserita e il veicolo fermo. So indicates kenda pasi ਜਿਹੜਾ ਕਾਰਡ ਟਾਕੀ ਗ੍ਰਾਫਿਕਾ ਵਾਲਾ ਜਿਹੜਾ ਕਾਰਡ ਹੈ ਡਰਾਈਵਰ ਵਾਲਾ ਉਹ ਇਨਸਰਟ ਕਰਨਾ ਕਰੋ ਤਾਂ ਕਿ ਗ੍ਰਾਫੋ ਦੀ ਜਿਤਾਲੇ ਵਿੱਚ ਜਦੋਂ ਚਾਬੀ ਅੰਦਰ ਪਾਈ ਹੋਵੇ ਠੀਕ ਹੈ ਜੀ ਕਾਬੇ ਦਾ ਜਿੰਸੀ ਉਹਨੇ ਇਨਸਰੀ ਕੀਤਾ ਜਦੋਂ ਚਾਬੀ ਅੰਦਰ ਪਾਈ ਹੋਵੇ ਤੇ ਗੱਡੀ ਖੜੀ ਹੋਵੇ ਠੀਕ ਹੈ ਉਦੋਂ ਹੀ ਇਹਨੂੰ ਕਰਨਾ ਹੈ ਇਦਾਂ ਜਲਦੀ ਗੱਡੀ ਵਿੱਚ ਇਸ ਕਾਰਡ ਨੂੰ ਨਹੀਂ ਪਾਣਾ ਠੀਕ ਹੈ ਜੀ ਸੋ ਇਹਦਾ ਜਵਾਬ ਸੀ ਵੇਰੋ ਹੁਣ ਗੱਲ ਕਰਦੇ ਆ ਆਪਣੇ ਅੱਜ ਦੇ ਸਵਾਲ ਤੇ ਉਸ ਤੋਂ ਪਹਿਲਾਂ ਤੁਹਾਨੂੰ ਯਾਦ ਕਰਾਦਾ ਕਿ ਵੀਡੀਓ ਨੂੰ ਲਾਈਕ ਵੀ ਕਰਨਾ ਸੋ ਚਲੋ ਇਹ ਦੇਖਦੇ ਆ ਆਪਣਾ ਅੱਜ ਦਾ ਸਵਾਲ ਸੋ ਜੀ ਆਇਆ ਆਪਣਾ ਅੱਜ ਦਾ ਸਵਾਲ ਸਹੀ ਦੇਖ ਲਓ ਐਮੋਨੀਟੋ ਦੀ ਉਨਕਰੋਨੋ ਟਾਕਿਗ੍ਰਾਫ ਡਿਜੀਟਲ ਹੈ ਪੋਸੀਬਲ ਐ ਵੈਰੀਫਾਈ ਕਰੇ ਸੇ ਇਲ ਕੋਂਡੂਚੈਂਤੇ ਆ ਸੁਪੇਰਾਟੋ ਇਲ ਲਿਮਿਤੀ ਮੈਸਿਮੀ ਦੀ ਵੈਲੋਚਿਤਾ ਐ ਡੇਟਰਮੀਨਾਰੇ ਤਰਾਲਟਰੋ ਡਾਟਾ ਐ ਓਰਾ ਦਲ ਇਵੈਂਟੋ ਐ ਵੈਲੋਚਿਤਾ ਮੈਸਿਮਾ ਰੈਜੁੰਤਾ ਆਪਣਾ ਜਵਾਬ ਮੈਨੂੰ ਕਮੈਂਟਾਂ ਚ ਵੇਰ ਉਹ ਦਬੀਤ 500 ਦਾ ਐ ਤੇ ਸਾਡੀ ਐਪਲੀਕੇਸ਼ਨ ਜਿਹੜੀ ਆ ਚੁੱਕੀ ਆ ਪਲੇ ਸਟੋਰ ਤੇ ਤੇ ਵੈਬ ਸਟੋਰ ਤੇ ਉਹਨੂੰ ਡਾਊਨਲੋਡ ਕਰਨਾ ਬਿਲਕੁਲ ਨਾ ਭੁੱਲਿਓ ਸਾਡੇ ਚੈਨਲ ਨੂੰ ਸਬਸਕ੍ਰਾਈਬ ਜਿਨੇ ਅਜੇ ਤੱਕ ਨਹੀਂ ਕੀਤਾ ਜ਼ਰੂਰ ਕਰਦੇ ਤੇ ਜਿਨੇ ਅਜੇ ਤੱਕ ਵੀਡੀਓ ਨੂੰ ਲਾਈਕ ਵੀ ਨਹੀਂ ਕੀਤਾ ਕਿਰਪਾ ਕਰ ਸੋ ਚਲੋ ਜੀ ਖਤਮ ਕਰਦੇ ਆਂ ਆਪਣੇ ਅੱਜ ਦੀ ਵੀਡੀਓ ਨੂੰ ਇੱਥੇ ਹੀ ਮਿਲਾਂਗੇ ਕਿਸੇ ਹੋਰ ਵੀਡੀਓ ਵਿੱਚ ਤਦ ਤੱਕ ਲਈ ਰੱਬ ਰੱਖਾ